ਕਬੀਰ ਹਾਡ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰ ਬਣਾ ਕੀ ਜੀਐ ਚਾਮ ਲਪੇਟੇ ਹਾਡ ਹੈ ਵਰ ਉਪਰ ਛਤਰ ਤਰ ਤੇ ਫੁਨ ਧਰਣੀ ਗਾਡ ਕਬੀਰ ਗਰਬਣਾ ਕੀ ਜੀਐ ਊਚਾ ਦੇਖ ਆਵਾਸ ਆਜ ਕਾਲ ਭੇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬਣਾ ਕੀ ਜੀਐ ਰੰਕਣਾ ਹਸੀਐ ਕੋਏ ਅਜੋ ਸੋ ਨਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ ਕਬੀਰ ਗਰਬਣਾ ਕੀ ਜੀਐ ਦੇਹੀ ਦੇਖ ਸੁਰੰਗ आजकाल तज जाओगे ज्यों कांचुरी पयंग आजकाल तज जाओगे ज्यों कांचुरी पयंग गुरु रूप गुरु प्यारी साथ संगत जियो तन सतगुरु श्री गुरु ग्रंथ साहिब सच्चे बादशाह जी महाराज दा कोटान कोट शुक्र है जिन्ना ने अपार कृपा कीती है ਅਸੀਂ ਸਾਰੇ ਤਨ ਤਨ ਬਾਬਾ ਕਬੀਰ ਸਾਹਿਬ ਦੀ ਪਵਿੱਤਰ ਰਚਨਾ ਉਹਨਾਂ ਦੇ ਪਾਵਨ ਸ਼ਲੋਕਾਂ ਨਾਲ ਆਪਣਾ ਚਿੱਤ ਜੋੜਨ ਲੱਗੇ ਹਾਂ ਇਸ ਤੋਂ ਪਹਿਲਾਂ ਆਪਾਂ 7 ਪਾਠ ਉਹਨਾਂ ਦੇ ਪਾਵਨ ਸ਼ਲੋਕਾਂ ਦੇ ਬਣਾਏ ਨੇ ਅੱਜ ਸਾਡਾ 8ਵਾਂ ਪਾਠ ਹੈ ਜਿਦੇ ਵਿੱਚ ਆਪਾਂ 36 ਨੰਬਰ ਤੋਂ ਲੈ ਕੇ 40 ਨੰਬਰ ਸ਼ਲੋਕ ਤੱਕ ਉਹਨਾਂ ਦੇ ਪਾਵਨ ਬਚਨਾਂ ਦੀ ਵਿਚਾਰ ਕਰਨੀ ਹੈ ਵਿਚਾਰ ਤੋਂ ਪਹਿਲਾਂ ਗੁਰੂ ਫਤੀ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਾਬਾ ਕਬੀਰ ਸਾਹਿਬ ਨੇ ਇਨਾਂ ਪਾਵਨ ਸ਼ਲੋਕਾਂ ਵਿੱਚ ਬੰਦੇ ਨੂੰ ਇੱਕ ਬੜੀ ਪਿਆਰੀ ਗੱਲ ਸਮਝਾਈ ਕਿ ਬੰਦੇ ਇਹ ਸਰੀਰ ਸਦਾ ਨਹੀਂ ਰਹਿਣਾ ਜਿਹੜਾ ਵੀ ਇਨਸਾਨ ਇਸ ਦੁਨੀਆ 'ਚ ਆਇਆ ਉਸ ਇਨਸਾਨ ਦਾ ਮਰਨਾ ਲਾਜ਼ਮੀ ਹੈ ਕਿਉਂਕਿ ਜੋ ਆਉਂਦਾ ਹੈ ਉਹਨੇ ਜਾਣਾ ਹੈ ਤੇ ਮਨ ਦੇ ਵਿੱਚ ਹੰਕਾਰ ਪੈਦਾ ਨਾ ਕਰੀ ਆਪਣੇ ਸਰੀਰ ਦੀ ਸੁੰਦਰਤਾ ਨੂੰ ਦੇਖ ਕੇ ਆਪਣੇ ਘਰਾਂ ਨੂੰ ਵੇਖ ਕੇ ਆਪਣੀ ਇੱਜ਼ਤ ਨੂੰ ਵੇਖ ਕੇ ਧਨ ਦੌਲਤ ਨੂੰ ਦੇਖ ਕੇ ਹੰਕਾਰ ਵਿੱਚ ਨਾ ਜੀ ਵੀ ਮੈਂ ਖਰੇ ਬਹੁਤ ਸੋਹਣਾ ਅਮੀਰ ਹਾਂ ਬਹੁਤ ਕੁਝ ਕਰ ਸਕਣ ਵਾਲਾ ਹਾਂ ਪਰ ਵੇਖਿਆ ਜਾਵੇ ਤਾਂ ਤੇਰੇ ਪੱਲੇ ਕੱਖ ਵੀ ਨਹੀਂ ਇਸ ਕਾਇਨਾਤ ਵਿੱਚ ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਨੇ ਪਰ ਸਦਾ ਉਹ ਨਹੀਂ ਰਹੇ ਜਿਹੜਾ ਆਇਆ ਉਸ ਬੰਦੇ ਨੇ ਜਾਣਾ ਹੈ ਬਸ ਇਹ ਗੱਲ ਕਬੀਰ ਸਾਹਿਬ ਨੇ ਆਪਣੀ ਸ਼ਲੋਕਾਂ ਵਿੱਚ ਅੱਜ ਸਾਨੂੰ ਸਮਝਾਈ ਜੇ ਸਾਨੂੰ ਸਮਝ ਲੱਗ ਗਈ ਤੇ ਸਮਝ ਲਿਓ ਸਾਡੀ ਜ਼ਿੰਦਗੀ ਦਾ ਜਿਹੜਾ ਰੋਣਾ ਹੈ ਨਾ ਨਿਤ ਦਾ ਉਹ ਖਤਮ ਹੋ ਜਾਏਗਾ ਕਬੀਰ ਸਾਹਿਬ ਨੇ ਕਿਹਾ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਕਬੀਰ ਸਾਹਿਬ ਨੇ ਕਿਹਾ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਜਦੋਂ ਬੰਦਾ ਮਰਦਾ ਹੈ ਮੌਤ ਤੋਂ ਬਾਅਦ ਜੇਕਰ ਉਸ ਇਨਸਾਨ ਦਾ ਸਸਕਾਰ ਕਰਨਾ ਹੋਵੇ ਉਹਨਾਂ ਸਾੜਨਾ ਹੋਵੇ ਸਰੀਰ ਨੂੰ ਤਾਂ ਬੰਦੇ ਦਾ ਜਿਹੜਾ ਸਰੀਰ ਹੈ ਉਹਦੇ ਹੱਡੀਆਂ ਇਦਾਂ ਸੜਦੀਆਂ ਨੇ ਜਿਵੇਂ ਲੱਕੜਾਂ ਸੜ ਰਹੀਆਂ ਹੋਣ ਕਬੀਰ ਹਾਰਡ ਜਰੇ ਹਾਰਡ ਹੱਡ ਜਰੇ ਸੜ ਰਹੇ ਨੇ ਜਿਉ ਲੱਕਰੀ ਜਿੱਦਾਂ ਲੱਕੜਾਂ ਸੜਦੀਆਂ ਨੇ ਉਦਾਂ ਉਹਦੇ ਉਹਦੇ ਸ਼ਰੀਦੇ ਹੱਡ ਉਹਦੀਆਂ ਹੱਡੀਆਂ ਸੜ ਰਹੀਆਂ ਹੁੰਦੀਆਂ ਨੇ ਜਿਹੜੇ ਸ਼ਰੀਰ ਨੂੰ ਬੰਦਾ ਤਤੀ ਵਾਹ ਨਹੀਂ ਲੱਗਣ ਦਿੰਦਾ ਪਰ ਜਦੋਂ ਬੰਦੇ ਦੀ ਚੇਤਨਤਾ ਖਤਮ ਹੋ ਜਾਂਦੀ ਹੈ ਤਾਂ ਇਨਸਾਨ ਦਾ ਜਿਹੜਾ ਸ਼ਰੀਰ ਹੈ ਉਹ ਮਰਦਾ ਹੋ ਜਾਂਦਾ ਤਾਂ ਫਿਰ ਕੀ ਹੁੰਦਾ ਬੰਦੇ ਦਾ ਜੋ ਮਰਜੀ ਕਰਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਦਿਆਂ ਹੱਡੀਆਂ ਇਦਾਂ ਸੜਦੀਆਂ ਜਿਸ ਤਰ੍ਹਾਂ ਲੱਕੜਾਂ ਸੜ ਰਹੀਆਂ ਹੁਣ ਕਬੀਰ ਸਾਹਿਬ ਨੇ ਕਿਹਾ ਕੇਸ ਜਰੇ ਜੋ ਘਾਸ ਤੇ ਉਹਦੇ ਕੇਸ ਉਹਦੇ ਵਾਲ ਇਦਾਂ ਸੜਦੇ ਐ ਜਿਸ ਤਰ੍ਹਾਂ ਘਾਹ ਸੜ ਰਿਹਾ ਹੁੰਦਾ ਹੁਣ ਵੇਖੋ ਕਬੀਰ ਸਾਹਿਬ ਨੇ ਕਿੰਨੀਆਂ ਕਮਾਲ ਦੀਆਂ ਗੱਲਾਂ ਸਾਡੀ ਪੱਲੇ ਪਾਤੀਆਂ ਕਿ ਤੇਰੇ ਹੱਡ ਜਿਹੜੇ ਲੱਕੜਾਂ ਵਾਂਗੂ ਸੜ ਰਹੇ ਨੇ ਕਮਲਿਆ ਤੇਰੇ ਜਿਹੜੇ ਕੇਸ ਨੇ ਉਹ ਘਾਹ ਵਾਂਗੂ ਸੜ ਰਹੇ ਨੇ ਤੇ ਤੂੰ ਇਹ ਸੋਚ ਕੇ ਬੈਠਾ ਵੀ ਮੈਂ ਦੁਨੀਆ ਦਾ ਸਰਵ ਸਰੇਸ਼ਟ ਇਨਸਾਨ ਤੇ ਤੈਨੂੰ ਮੌਤ ਭੁੱਲੀ ਹੋਈ ਹੈ। ਸਾਬ ਨੇ ਕਿਹਾ ਮਰਨਾ ਮਰਨਾ ਮੁੱਲਾ ਮਰਨਾ ਭੀ ਕਰਤਾਰੋਂ ਡਰਨਾ। ਮੌਤ ਹਰ ਬੰਦੇ ਨੂੰ ਆਉਣੀ ਮੌਤ ਲਾਜ਼ਮੀ ਹੈ। ਸੋ ਜਿਹੜੇ ਨਿਰੰਕਾਰ ਨੇ ਜੀਵਨ ਦਿੱਤਾ ਉਹ ਉਸ ਨਿਰੰਕਾਰ ਨੂੰ ਯਾਦ ਰੱਖੀਏ ਦਾਤਿਆ ਜੇ ਮੌਤ ਲਾਜ਼ਮੀ ਹੈ ਤੇ ਕਿਉਂ ਨਾ ਅਸੀਂ ਇਸ ਜੀਵਨ ਨੂੰ ਸਫਲ ਕਰਕੇ ਜਾਈਏ। ਜੀਵਨ ਵਧੀਆ ਜਿਉ ਕੇ ਜਾਈਏ ਕਿਉਂ ਆਪਾਂ ਆ ਮਾੜਿਆ ਕੰਮਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰਦੇ ਜਾ ਰਹੇ। ਕਬੀਰ ਸਾਹਿਬ ਨੇ ਅੱਗੇ ਕਿਹਾ ਇਹ ਜਗ ਜਰਤਾ ਦੇਖ ਕੇ ਇਸ ਸੰਸਾਰ ਨੂੰ ਇਸ ਤਰ੍ਹਾਂ ਤਬਾਹ ਹੁੰਦਾ ਆ ਵੇਖ ਕੇ ਮੌਤ ਦੇ ਰਹੀਂ ਖਤਮ ਹੁੰਦਾ ਆ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਸਾਹਿਬ ਕਹਿੰਦੇ ਮੈਂ ਮੈਂ ਸ਼ਰੀਰ ਦਾ ਮੋਈ ਛੱਡ ਦਿੱਤਾ ਮੈਂ ਸ਼ਰੀਰ ਦਾ ਮੋਈ ਨਹੀਂ ਕਰਦਾ ਕਿਉਂਕਿ ਮੈਨੂੰ ਇਸ ਚੀਜ਼ ਦੀ ਸਮਝ ਲੱਗ ਗਈ ਵੀ ਇਹ ਇਹ ਤਨ ਸਦਾ ਨਹੀਂ ਰਹਿਣਾ ਇਹ ਸ਼ਰੀਰ ਸਦਾ ਨਹੀਂ ਰਹਿਣਾ ਖਤਮ ਹੋ ਜਾਣਾ ਹੈ ਇੱਕ ਨਾ ਇੱਕ ਦਿਨ ਆਪਾਂ ਇਹਦੇ ਵਿੱਚ ਜੂਰੇ ਆ ਲੇਕਿਨ ਆਪਾਂ ਸਦਾ ਨਹੀਂ ਰਹਾਂ ਰਾਵਾਂਗੇ ਇੱਕ ਦਿਨ ਆਏਗਾ ਜਿਸ ਦਿਨ ਇਹ ਸਾਰੀ ਖੇਡ ਖਤਮ ਹੋ ਜਾਏਗੀ ਪਰ ਜਿਸ ਜਦੋਂ ਸਾਨੂੰ ਸਮਝ ਲੱਗਣੀ ਹੈ ਉਸ ਦਿਨ ਸਾਡਾ ਜਾਣ ਦਾ ਟਾਈਮ ਆ ਜਾਣਾ ਸਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਇਹੀ ਗੱਲਾਂ ਸਾਨੂੰ ਬਾਰ-ਬਾਰ ਸਮਝਾਈਆਂ ਬੰਦੇ ਬਸ ਚੰਗੇ ਕੰਮ ਕਰ ਚੰਗੇ ਪਾਸੇ ਵੱਲ ਜੁੜ ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ ਇਹ ਜਗ ਧੂਏ ਦਾ ਪਹਾੜ ਕਰੋਨਾ ਦੀ ਬਿਮਾਰੀ ਅੱਜ ਪੂਰੇ ਸੰਸਾਰ ਪੂਰੀ ਦੁਨੀਆ ਚ ਫੈਲੀ ਹੋਈ ਹੈ ਇਸ ਤਰ੍ਹਾਂ ਲੋਕ ਮਰ ਭਾਵੇਂ ਬਿਮਾਰੀ ਨਾਲ ਮਰ ਰਹੇ ਨੇ ਪਰ ਮਰ ਤਾਂ ਰਹੇ ਨੇ ਮੌਤ ਲਾਜ਼ਮੀ ਹਰ ਇਨਸਾਨ ਨੂੰ ਆਉਣੀ ਤਾਂ ਕਿਉਂ ਨਾ ਅਸੀਂ ਆਪਣੇ ਸਰੀਰ ਦਾ ਮੋਹ ਕਰਨ ਦੀ بجائے ਨਿਰੰਕਾਰ ਦੇ ਚੰਗੇ ਦੱਸੇ ਰਾਹ ਤੇ ਤੁਰੀਏ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤੇ ਗੁਰੂ ਸਹਿਬਾਨਾ ਨੇ ਜੋ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਉਹਨੂੰ ਮੰਨ ਕੇ ਆਪਣਾ ਜੀਵਨ ਜਿਹੜਾ ਵਧੀਆ ਬਤੀਤ ਕਰੀਏ ਪਰ ਉਸ ਪਾਸੇ ਸਾਡਾ ਚਿੱਤ ਨਹੀਂ ਜੁੜਦਾ ਸਾਨੂੰ ਇਦਾਂ ਲੱਗਦਾ ਪਈ ਆਪਾਂ ਸਰਵ ਸ੍ਰੇਸ਼ਟਾਂ ਤੇ ਔਰ ਆਪਾਂ ਸਭ ਕੁਝ ਦੁਨੀਆ ਚ ਕਰ ਸਕਦੇ ਹਾਂ ਅਸੀਂ ਕਮਲੇ ਆਂ ਸੱਚ ਦਾ ਤਾਂ ਸਾਨੂੰ ਪਤਾ ਨਹੀਂ ਸੱਚ ਕੀ ਆ ਪਰ ਆਪਾਂ ਮਾਰੇ ਪਾਸੇ ਵੱਲ ਨੂੰ ਜਾਦਾ ਜਾਣਾ ਜਿਹੜਾ ਉਹ ਲਾਈਕ ਕਰਦੇ ਆਂ ਕਬੀਰ ਗਰਬ ਨਾ ਕੀਜੀਏ ਕਬੀਰ ਸਾਹਿਬ ਨੇ ਕਹਿਆ ਹੈ ਬੰਦੇ ਹੰਕਾਰ ਨਾ ਕਰ ਵੇਖੋ ਕਿ ਨਹੀਂ ਕਮਾਲ ਦੀ ਗੱਲ ਕਹੀ ਗਰਬ ਦਾ ਮਤਲਬ ਹੰਕਾਰ ਕਬੀਰ ਗਰਬ ਨਾ ਕੀਜੀਏ ਕਬੀਰ ਸਾਹਿਬ ਕਹਿੰਦੇ ਆ ਬੰਦਿਆ ਹੰਕਾਰ ਨਾ ਕਰ ਚਾਮ ਲਪੇਟੇ ਹਾੜ ਆਹ ਜਿਹੜਾ ਤੇਰਾ ਸਰੀਰ ਹੈ ਹੱਡੀਆਂ ਦੀ ਮੋਠ ਹੈ ਜਿਹਦੇ ਉੱਤੇ ਚੰਮ ਲਪੇਟਿਆ ਹੋਇਆ ਹੈ ਕਮਾਲ ਗੇ ਵੇਖੋ ਹੰਕਾਰ ਕਦਾ ਕਰਦਾ ਐ ਸਰੀਰ ਦਾ ਜਿਹੜਾ ਹੱਡੀਆਂ ਦੀ ਮੋਠ ਹੈ ਜਿਹੜਾ ਹੱਡੀਆਂ ਦੀ ਮੋਠ ਹੈ ਹੱਡੀਆਂ ਹੱਡੀਆਂ ਨੇ ਸਰੀਰ ਦੇ ਵਿੱਚ ਜਿਹਦੇ ਉੱਤੇ ਪ੍ਰਮਾਤਮਾ ਨੇ ਚੰਮ ਦਾ ਕੱਪੜਾ ਪਾਇਆ ਹੋਇਆ ਚੰਮ ਲਪੇਟੇਆਂ ਤੇਰੀਆਂ ਹੱਡੀਆਂ ਚੰਮ ਦੇ ਨਾਲ ਢੱਕੀਆਂ ਹੋਈਆਂ ਨੇ ਅਗਲੀ ਗੱਲ ਸੁਣਨ ਵਾਲੀ ਹੈ ਵਰ ਉੱਪਰ ਛਤਰ ਤਰ ਕਹਿੰਦੇ ਆ ਇਹ ਬੰਦੇ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਹੋਏ ਨੇ ਬੜੇ ਅਮੀਰ ਅਮੀਰ ਜਿਹੜੇ ਬੜੇ ਮਹਿੰਗੇ ਮੰਗੇ ਘੋੜਿਆਂ ਦੀ ਸਵਾਰੀਆਂ ਕਰਨ ਵਾਲੇ ਸਨ ਭਾਵੇਂ ਅੱਜ ਆਪਾਂ ਗੱਲ ਕਰਾਂਗੇ ਵਧੀਆ-ਵਧੀਆ ਗੱਡੀਆਂ ਤੇ ਚੜਨ ਵਾਲੇ ਮਹਿੰਗੇ ਮੰਗੀਆਂ ਸਵਾਰੀਆਂ ਕਰਨ ਵਾਲੇ ਹੈਵਰ ਘੋੜੇ ਵਧੀਆ-ਵਧੀਆ ਘੋੜੇ ਵਧੀਆ-ਵਧੀਆ ਗੱਡੀਆਂ ਵਧੀਆ-ਵਧੀਆ ਆਵਾਜਾਈ ਦੇ ਸਾਧਨ ਰੱਖਣ ਵਾਲੇ ਲੋਕ ਸ਼ਤਰ ਤਰ ਤੇ ਜਿਹੜੇ ਜਦੋਂ ਬੰਦੇ ਉਹਨਾਂ ਦੇ ਸਿਰ ਦੇ ਉੱਤੇ ਸ਼ਤਰ ਝੂਲਦੇ ਹੁੰਦੇ ਸੀ ਕਬੀਰ ਸਾਹਿਬ ਨੇ ਕਿਹਾ ਤੇ ਫੁਨ ਧਰਨੀ ਗਾੜ ਪਰ ਆਖਰ ਉਹ ਬੰਦੇ ਵੀ ਧਰਤੀ ਦੇ ਵਿੱਚ ਗੱਡੇ ਗਏ ਧਰਤੀ ਦੇ ਵਿੱਚ ਮਿਲ ਗਏ ਉਹ ਵੀ ਨਹੀਂ ਸਦਾ ਰਹੇ ਧਰਤੀ ਦੇ ਵਿੱਚ ਉਹ ਵੀ ਖਤਮ ਹੋ ਗਏ ਦੇਖੋ ਅੱਜ ਕਬਰਾਂ ਵਿੱਚ ਸੁੱਤਾ ਪਿਆ ਹੋਵੇਗਾ ਔਰੰਗਜ਼ੇਬ ਦੇਖੋ ਜਹਾਂਗੀਰ ਵੱਡੇ ਵੱਡੇ ਜਿਹੜੇ ਜ਼ਾਲਮ ਲੋਕ ਖਤਮ ਹੋ ਗਏ ਨਾ ਸੜਾ ਕੋਈ ਰਿਹਾ ਨਹੀਂ ਪਰ ਜਦੋਂ ਇਹ ਆ શરીર ਹੁੰਦਾ ਜਦੋਂ ਤਾਕਤ ਹੁੰਦੀ ਜਦੋਂ ਕੁਰਸੀ ਹੁੰਦੀ ਜਦੋਂ ਤਖਤ ਹੁੰਦਾ ਉਦੋਂ ਆਪਾਂ ਗਲਤ ਕੰਮ ਕਰੀ ਜਾਂਦੇ ਤਾਕਤ ਹੋਵੇ ਤਾਂ ਉਹਦਾ ਗਲਤ ਇਸਤੇਮਾਲ ਕਰਨ ਦੀ ਬਜਾਏ ਆ ਉਸ ਤਾਕਤ ਤੋਂ ਚੰਗੇ ਕੰਮ ਕਰਾਓ ਤਾਂ ਕਿ ਦੁਨੀਆ ਦਾ ਭਲਾ ਹੋ ਸਕੇ ਪਰ ਇਸ ਪਾਸੇ ਲੋਕ ਨਹੀਂ ਜੁੜਦੇ ਜਦੋਂ ਬੰਦੇ ਕੋਲ ਮਾੜੀ ਮੋਟੀ ਸ਼ਕਤੀ ਤਾਕਤ ਆ ਜਾਂਦੀ ਉਹਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਉਹਦੇ ਨਾਲ ਨੁਕਸਾਨ ਹੀ ਹੁੰਦਾ ਫਾਇਦਾ ਕੋਈ ਨਹੀਂ ਆਪਣਾ ਵੀ ਜੀਵਨ ਗਰਕ ਹੁੰਦਾ ਤੇ ਦੂਸਰਿਆਂ ਦਾ ਵੀ ਆਪਾਂ ਜੀਵਨ ਜਿਹੜਾ ਨਾ ਉਹ ਖਤਮ ਕਰ ਦਿੰਨੇ ਆ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਈ ਹੁਣ ਕਮਾਲ ਦੀ ਗੱਲ ਉਹਨਾਂ ਨੇ ਕਹੀ ਕਬੀਰ ਸਾਹਿਬ ਨੇ ਕਿਹਾ ਇਹ ਬੰਦੇ ਹੰਕਾਰ ਨਹੀਂ ਕਰਨਾ ਚਾਹੀਦਾ ਜੇ ਤੂੰ ਅਮੀਰ ਹੈ ਜੇ ਤੇਰੇ ਕੋਲ 4 ਪੈਸੇ ਹੈ ਤਾਂ ਹੰਕਾਰ ਨਾ ਕਰ ਰੰਕ ਨਾ ਹਸੀਐ ਕੋਈ ਰੰਕ ਪਾਵ ਗਰੀਬ ਬੰਦਾ ਜਿਦੇ ਕੋਲ ਨਹੀਂ ਪੈਸੇ ਹੈਗੇ ਜਿਦੇ ਕੋਲ ਚਾਰ ਪੈਸੇ ਤੇਰੇ ਜਿੰਨੇ ਨਹੀਂ ਤੇਰੇ ਜਿੰਨਾ ਅਮੀਰ ਨਹੀਂ ਤੇਰੇ ਜਿੰਨਾ ਤਨਾਡ ਨਹੀਂ ਹੈਗਾ ਉਹ ਤੇ ਉਹਦੇ ਵੱਲ ਵੇਖ ਕੇ ਉਹਦੀ ਗਰੀਬੀ ਵੱਲ ਵੇਖ ਕੇ ਉਹਦੇ ਹਾਲਾਤਾਂ ਵੱਲ ਵੇਖ ਕੇ ਤੂੰ ਹੱਸਣਾ ਕੋਈ ਪਤਾ ਨਹੀਂ ਹੈ ਅਗਲੀ ਗੱਲ ਸੁਣਿਓ ਅਜੋ ਸੁਨਾਓ ਸਮੁੰਦਰ ਮੈਂ ਅਜੇ ਤੇਰੀ ਜ਼ਿੰਦਗੀ ਦੀ ਬੇੜੀ ਸਮੁੰਦਰ ਵਿੱਚ ਹੈ ਕਿਆ ਜਾਨੂ ਕਿਆ ਹੋਏ ਕੋਈ ਪਤਾ ਨਹੀਂ ਕੀ ਹੋ ਜਾਣਾ ਕੋਈ ਪਤਾ ਨਹੀਂ ਜਿਸ ਗਰੀਬ ਵਾਲ ਵੇਖ ਕੇ ਤੂੰ ਹੱਸ ਰਿਆਂ ਤੂੰ ਉਹਦੇ ਤੋਂ ਵੀ ਗਰੀਬ ਨਹੀਂ ਹੋ ਜਾਣਾ ਕੋਈ ਪਤਾ ਨਹੀਂ ਐ ਜੇ ਕਿਸੇ ਬਿਮਾਰ ਵਾਲ ਵੇਖ ਕੇ ਹੱਸ ਰਿਆਂ ਕੋਈ ਪਤਾ ਨਹੀਂ ਕਦੋਂ ਤੂੰ ਉਹਦੇ ਤੋਂ ਵੀ ਜ਼ਿਆਦਾ ਗਰਕ ਹੋ ਜਾਣਾ ਕੋਈ ਪਤਾ ਨਹੀਂ ਤੇ ਇਸ ਲਈ ਕਦੀ ਵੀ ਕਿਸੇ ਗਰੀਬ ਦਾ ਮੁਖੌਲ ਨਾ ਢਾਓ ਜੇਕਰ ਉਹਦਾ ਤੁਸੀਂ ਫਾਇਦਾ ਨਹੀਂ ਕਰ ਸਕਦੇ ਨੁਕਸਾਨ ਵੀ ਨਾ ਕਰੋ ਪਰ ਹਾਲਾਤ ਸਾਡੇ ਕੁਝ ਹੋਰ ਬਣੇ ਆ ਆਪਾਂ ਕਿਸੇ ਗਰੀਬ ਦਾ ਭਲਾ ਤਾਂ ਕੀ ਕਰਨਾ ਹੁੰਦਾ ਆਪਾਂ ਉਹਨਾਂ ਦਾ ਜੋ ਸਭ ਤੋਂ ਜ਼ਿਆਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੰਨੇ ਆ ਭਲਾ ਤਾਂ ਬਹੁਤ ਦੂਰ ਦੀ ਗੱਲ ਅਸੀਂ ਉਹਨਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੰਨੇ ਆ ਪਰ ਇਹ ਗੱਲ ਯਾਦ ਰੱਖਿਓ ਇਹ ਜ਼ਿੰਦਗੀ ਦੀ ਜਿਹੜੀ ਬੇੜੀ ਹੈ ਨਾ ਇਹ ਅਜੇ ਸਮੁੰਦਰ ਵਿੱਚ ਹੀ ਹੈ ਕੋਈ ਪਤਾ ਨਹੀਂ ਇੱਥੇ ਕੀ ਭਾਣੇ ਵਾਪਰ ਜਾਣੇ ਨੇ ਕੋਈ ਪਤਾ ਨਹੀਂ ਕੀ ਹੋ ਜਾਣਾ ਸੋ ਸੋਚ-ਸੋਚ ਕੇ ਕਦਮ ਰੱਖਣ ਦੀ ਸਾਨੂੰ ਜ਼ਰੂਰਤ ਹੈ ਫੂਕ ਫੂਕ ਕੇ ਕਦਮ ਰੱਖਣ ਦੀ ਜ਼ਰੂਰਤ ਹੈ ਇਹ ਐਦਾਂ ਆਪਣਾ ਜਿਹੜਾ ਦਿਮਾਗ ਹੈ ਨਾ ਉਹਨੂੰ ਗਲਤ ਪਾਸੇ ਲਾਉਣ ਦੀ ਲੋੜ ਨਹੀਂ ਹੈ ਇਹ ਜ਼ਿੰਦਗੀ بار بار ਨਹੀਂ ਮਿਲਣੀ ਕਮਲਿਓ ਇਹ ਜ਼ਿੰਦਗੀ ਇੱਕ ਵਾਰ ਮਿਲੀ ਹੈ بار بار ਨਹੀਂ ਮਿਲਣੀ ਤੇ ਫਿਰ ਇਸ ਜ਼ਿੰਦਗੀ ਤੋਂ ਆਪਾਂ ਕੁਝ ਚੰਗੇ ਕੰਮ ਕਰਾਉਣੇ ਆ ਮਾਰੇ ਕੰਮਾਂ ਵੱਲ ਨਹੀਂ ਜੋੜਨਾ 40 ਨੰਬਰ ਸ਼ਲੋਕ ਚ ਕਹਿੰਦੇ ਕਬੀਰ ਗਰਬਣਾ ਕੀਜੀਐ ਦੇਹੀ ਦੇਖ ਸੁਰੰਗ ਕਹਿੰਦੇ ਇਹ ਬੰਦੇ ਹੰਕਾਰ ਨਾ ਕਰ ਜੇ ਤੈਨੂੰ ਪ੍ਰਮਾਤਮਾ ਨੇ ਆ ਸੋਹਣੇ ਰੰਗ ਵਾਲਾ ਸ਼ਰੀਰ ਦਿੱਤਾ ਹੈ ਸੁਰੰਗ ਸੋਹਣਾ ਰੰਗ ਜੇ ਤੈਨੂੰ ਆ ਸੋਹਣੇ ਰੰਗ ਵਾਲਾ ਸ਼ਰੀਰ ਮਿਲ ਗਿਆ ਤੇਰੇ ਤਿੱਖੇ ਤਿੱਖੇ ਨੈਣ ਤੇਰਾ ਪਿਆਰਾ ਜਿਹਾ ਰੰਗ ਤੇਰਾ ਜਿਹੜਾ ਗੁੰਦਵਾ ਸ਼ਰੀਰ ਤੇਰਾ ਹੱਟਾ ਕੱਟਾ ਤੂੰ ਤੇ ਤੂੰ ਕਵੇਂ ਵੀ ਕਮਾਲ ਹੈ ਵੀ ਮੇਰੀ ਤਾਂ ਸੁੰਦਰਤਾ ਜ਼ਬਰਦਸਤ ਜੇ ਤੈਨੂੰ ਰੱਬ ਨੇ ਸੋਹਣਾ ਬਣਾ ਦਿੱਤਾ ਨਾ ਤੇ ਉਸ ਸੋਹਪਣ ਦਾ ਗਲਤ ਇਸਤੇਮਾਲ ਨਾ ਕਰ ਭਾਵੇਂ ਤੂੰ ਬੰਦਾ ਹੈ ਚਾਹੇ ਤੂੰ ਔਰਤਾਂ ਮੈਂ ਦੋਨਾਂ ਨੂੰ ਗੱਲ ਕਹਿਣ ਲੱਗਾ ਕਿਉਂਕਿ ਬਾਣੀ ਦੋਨਾਂ ਲਈ ਹੈ ਐਬ ਐ ਬੀਬੀ ਜੇ ਤੈਨੂੰ ਰੱਬ ਨੇ ਸੋਹਣਾ ਬਣਾਇਆ ਨਾ ਤੂੰ ਆਪਣੀ ਸੁਹੱਪਣ ਨੂੰ ਕਿਸੇ ਚੰਗੇ ਪਾਸੇ ਵੱਲ ਲਾ ਉਹਦੇ ਨਾਲ ਗਲਤ ਕੰਮ ਨਾ ਕਰ ਤੇ ਨਾ ਹੰਕਾਰ ਵਿੱਚ ਆ ਵੀ ਮੈਂ ਬਹੁਤ ਸੋਹਣੀ ਆ ਜਾਂ ਮੈਂ ਬਹੁਤ ਸੋਹਣਾ ਕਬੀਰ ਗਰਬਣਾ ਕੀਜੀਐ ਦੇਹੀ ਦੇਖ சுரੰਗ ਆਪਣੀ ਦੇਹੀ ਆਪਣੇ ਬदन ਨੂੰ ਆਪਣੇ ਜਿਸਮ ਨੂੰ ਵੇਖ ਕੇ ਹੰਕਾਰ ਨਾ ਕਰੋ ਆਪਾਂ ਬੜੇ ਸੋਹਣੇ ਸੁਨੱਖੇ ਆਂ ਆਜ ਕਾਲ ਤਜ ਜਾਹੋਂਗੇ ਅੱਜ ਭਲਕੇ ਛੱਡਣਾ ਹੀ ਪੈਣਾ ਸ਼ਰੀਰ ਜੋ ਕਾਂਚਰੀ ਭਯੰਗ ਕਬੀਰ ਸਾਹਿਬ ਨੇ ਕੀ ਕਿਹਾ ਜਿਸ ਤਰ੍ਹਾਂ ਸਪ ਆਪਣੀ ਕੁੰਝ ਛੱਡ ਦਿੰਦਾ ਨਾ ਇਸੇ ਤਰ੍ਹਾਂ ਐ ਭਲਿਓ ਇਸ ਸਰੀਰ ਨੂੰ ਆਖਰ ਤੁਹਾਨੂੰ ਛੱਡਣਾ ਪੈਣਾ ਔਰ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਇਹ ਜਿਹੜਾ ਇਹ ਜਿਹੜੀ ਦੇਹੀ ਹੈ ਇਹ ਜਿਹੜਾ ਸਰੀਰ ਹੈ ਇਹ ਸਾਨੂੰ ਛੱਡਣਾ ਨਾ ਪਊਗਾ ਪਰ ਕਬੀਰ ਸਾਹਿਬ ਨੇ ਆਪ ਖੁਦ ਕਮਾਲ ਦੀਆਂ ਗੱਲਾਂ ਇਹਨਾਂ ਸ਼ਲੋਕਾਂ ਵਿੱਚ ਲਿਖ ਦਿੱਤੀਆਂ ਜਿਨ੍ਹਾਂ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਸੀ ਕਬੀਰ ਸਾਹਿਬ ਨੇ ਕਿਹਾ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਪਹਿਲਾ ਸ਼ਲੋਕ ਵਿਚਾਰਿਆ ਸੀ ਕਿ ਹੱਡ ਸੜ ਜਾਂਦੇ ਨੇ ਜਿਦਾਂ ਲੱਕਣਾ ਸੜਦੀਆਂ ਕੇ ਇਸ ਸੜ ਜਾਂਦੇ ਨੇ ਜਿਵੇਂ ਕਹਾ ਸੜਦਾ ਇਹ ਜਗ ਜਲਦਾ ਦੇਖੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਣ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਪਣੇ ਉੱਚੇ ਉੱਚੇ ਮਹਿਲਾਂ ਨੂੰ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੇ ਉੱਚੇ-ਉੱਚੇ ਮਹਿਲਾਂ ਨੂੰ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਕਾਸ ਮੌਤ ਜਦੋਂ ਆਉਣੀ ਹੈ ਤਾਂ ਇਨ੍ਹਾਂ ਮਹਿਲਾਂ ਨੂੰ ਛੱਡ ਕੇ ਮਿੱਟੀ ਦੇ ਵਿੱਚ ਲੇਟਣਾ ਪੈਣਾ ਮਿੱਟੀ ਦੇ ਵਿੱਚ ਕਈਆਂ ਨੂੰ ਦਫਨਾਉਂਦੇ ਨੇ ਨਾ ਜਿਵੇਂ ਇਸਲਾਮ ਦੇ ਵਿੱਚ ਜਾਂ ਐਸਾਈਅਤ ਦੇ ਵਿੱਚ ਦਫਨਾਉਂਦੇ ਨੇ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਏਗਾ ਉੱਪਰ ਜਾਮੇ ਕਾਸ ਤੇ ਕਮਲਿਆ ਤੇਰੇ ਉੱਤੇ ਘਾ ਹੀ ਉਗੇਗਾ ਫਿਰ ਤੇਰੇ ਉੱਤੇ ਘਾ ਹੀ ਉਗੇਗਾ ਸੋ ਯਾਦ ਰੱਖਿਓ ਆਪਾਂ ਚੰਗੇ ਕੰਮ ਕਰਨੇ ਨੇ ਕਬੀਰ ਗਰਬਣਾ ਕੀਜੀਐ ਰੰਕਣਾ ਸੀਐ ਕੋਏ ਅਜ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਕਬੀਰ ਗਰਬਣਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚਰੀ ਪੋਇਾਂਗਾ ਸੋ ਪਿਆਰਿਓ ਆਪਾਂ ਜੇ ਚੰਗਾ ਨਹੀਂ ਕਰ ਸਕਦੇ ਤਾਂ ਆਪਾਂ ਮਾਰਾ ਵੀ ਨਹੀਂ ਕਰਨਾ ਆਪਾਂ ਅਰਦਾਸ ਕਰਨੀ ਹੈ ਮਾਲਕ ਦੇ ਪਾਵਨ ਚਰਨਾਂ 'ਤੇ ਦਾਤਿਆ ਜਦੋਂ ਸਾਨੂੰ ਪਤਾ ਕਿ ਜਦੋਂ ਜਦੋਂ ਮੌਤ ਆਉਣੀ ਮਰਨਾ ਕਿਸੇ ਨੇ ਫੜ ਕੇ ਸਾਨੂੰ ਦਫਨਾ ਦੇਣਾ ਕਿਸੇ ਨੇ ਸਾਨੂੰ ਜਿਹੜਾ ਉਹ ਜਲ ਪ੍ਰਵਾਹ ਕਰ ਦੇਣਾ ਕਿਸੇ ਨੇ ਸਾਨੂੰ ਸਾੜ ਦੇਣਾ ਇੱਕ ਦਿਨ ਜਿੰਦਗੀ ਖਤਮ ਹੋ ਜਾਣੀ ਸਾਡੀਆਂ ਕਬਰਾਂ ਉੱਤੇ ਘਾਹ ਉੱਗਿਆ ਹੋਣਾ ਆਖਰ ਇੱਕ ਟਾਈਮ ਇਦਾਂ ਆਏਗਾ ਜਿਸ ਦਿਨ ਸਾਡੀਆਂ ਕਬਰਾਂ ਉੱਤੇ ਘਾਹ ਉੱਗਿਆ ਹੋਵੇਗਾ ਕੋਈ ਪੁੱਛਣ ਵਾਲਾ ਨਹੀਂ ਹੋਵੇਗਾ ਔਰ ਆਪਾਂ ਆਪਣੀ ਹੰਕਾਰ ਦੇ ਵਿੱਚ ਤੁਰੇ ਫਿਰਦੇ ਆਂ ਕਿ ਸ਼ਾਇਦ ਆਪਾਂ ਬਹੁਤ ਵੱਡੇ ਆਂ ਬਹੁਤ ਅਮੀਰ ਆਂ ਔਰ ਇਹ ਰੱਬ ਦੀ ਬਣਾਈ ਕੁਦਰਤ ਦਾ ਆਨੰਦ ਮਾਣੋ ਜ਼ਿੰਦਗੀ ਨੂੰ ਸੋਹਣਾ ਬਣਾਓ ਤੇ ਕਬੀਰ ਸਾਹਿਬ ਦੇ ਇਹ ਜਿਹੜੇ ਬਚਨ ਨੇ ਆਉ ਉਹਨਾਂ ਨੂੰ ਪੱਲੇ ਬੰਨਿਏ ਜੋ ਕਬੀਰ ਸਾਹਿਬ ਨੇ ਆਪਣੇ ਸ਼ਲੋਕਾਂ ਚ ਕਿਹਾ ਉਹਨਾਂ ਨੂੰ ਪੱਲੇ ਬੰਨਿਏ ਜ਼ਿੰਦਗੀ ਨੂੰ ਵਧੀਆ ਬਣਾਈਏ ਗੁਰਬਾਣੀ ਦੇ ਇੱਕ ਇੱਕ ਬਚਨ ਦੇ ਉੱਤੇ ਪਹਿਰਾ ਦਈਏ ਜੋ ਗੁਰਬਾਣੀ ਕਹਿੰਦੀ ਹੈ ਤੇ ਫਿਰ ਜੀਵਨ ਦੇਖਿਓ ਕਿੰਨਾ ਪਿਆਰਾ ਹੁੰਦਾ ਕਿੰਨਾ ਸੁਚੱਜਾ ਹੁੰਦਾ ਇਹੀ ਗੱਲਾਂ ਗੁਰਬਾਣੀ ਦੇ ਵਿੱਚ ਬਾਰ-ਬਾਰ ਆਖੀਆਂ ਗਈਆਂ ਆਪਣਾ ਭਜ ਸੁਭਜ ਸੁਭਜ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਕਦੋਂ ਤੂੰ ਉਹਨੂੰ ਯਾਦ ਕਰੇਂਗਾ ਜਦੋਂ ਤੇਰਾ ਮਾਰਾ ਟਾਈਮ ਆ ਗਿਆ ਸ਼ਰੀਰ ਦੇ ਪੱਲੇ ਕੱਖਣਾ ਰਿਹਾ ਉਦੋਂ ਯਾਦ ਕਰੇਂਗਾ ਸੋ ਜੇ ਤੇਰੇ ਕੋਲ ਆਪਸ਼ਨ ਹੈ ਇਸ ਟਾਈਮ ਤਾਂ ਆ ਆਪਾਂ ਉਸ ਪ੍ਰਮਾਤਮਾ ਨੂੰ ਯਾਦ ਕਰੀਏ ਜਿਹੜਾ ਨਿਰੰਕਾਰ ਸਾਰੀਆਂ ਦਾਤਾਂ ਦੇਣ ਵਾਲਾ ਤਾਂ ਹੀ ਕਬੀਰ ਸਾਹਿਬ ਨੇ ਇੱਕ ਵਾਰ ਇੱਕ ਬੰਦੇ ਨੂੰ ਕਿਹਾ ਸੀ ਐ ਬੰਦੇ ਕਦੀ ਤੂੰ ਜਾਨਵਰ ਵੇਖਿਆ ਪਸ਼ੂ ਦੇਖਿਆ ਕੋ ਬੌਲਦ ਦੇਖ ਬੌਲਦ ਉਹ ਵਿਚਾਰੇ ਦਾ ਮੂੰਹ ਬੰਦ ਹੈ ਨਾਸਾਂ ਦੇ ਵਿੱਚ ਵੀ ਨਕੇਲ ਪਾਈ ਹੋਈ ਹੈ ਭਾਰ ਉਹਦੇ ਤੇ ਲੱਧਿਆ ਹੋਇਆ ਕਿੰਨੇ ਮਾੜੀ ਹਾਲਾਤਾਂ ਵਿੱਚ ਹੁੰਦਾ ਚਾਰ ਪਾਵੇਂ ਦੋਏ ਸਿੰਘ ਗੁੰਗ ਮੁਖ ਤਦ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਈ ਹੈ ਖਰਬਨ ਬੈਲ ਬਿਰਾਨੇ ਹੋਈ ਹੈ ਉਹ ਜਾਨਵਰਾਂ ਵੱਲ ਵੇਖ ਕਿਸ ਤਰ੍ਹਾਂ ਵਿਚਾਰੇ ਮਾਰ ਖਾਂਦੇ ਹੁੰਦੇ ਨੇ ਤੈਨੂੰ ਤਾਂ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਤੂੰ ਦੂਜਿਆਂ ਵੱਲ ਵੇਖ ਕੇ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਲਾ ਕਬੀਰ ਸਾਹਿਬ ਨੇ ਕਿਹਾ ਸੀ ਉਹ ਜਾਨਵਰ ਵੱਲ ਵੇਖ ਉਹਦਾ ਉਹਦੇ ਕੀ ਹਾਲਾਤ ਨੇ ਤੇ ਆਪਣੇ ਵੱਲ ਵੇਖ ਕੇ ਤੂੰ ਕੀ ਆ ਉਤੋਂ ਚਰਾਂ ਰੋਵ ਨਹੀਂ ਸਕਦਾ ਤੇ ਤੈਨੂੰ ਸਭ ਕੁਝ ਮਿਲਿਆ ਤੇ ਰਾਤ ਦਿਨ ਤੂੰ ਰੋਣਾ ਰਹਿਣਾ ਸੋ ਆਪਾਂ ਅਰਦਾਸ ਕਰਨੀ ਮਾਲਕ ਦੇ ਚਰਨਾਂ 'ਚ ਕਿ ਦਾਤਿਆ ਸਾਨੂੰ ਆਪਣੇ ਲੜਲਾ ਸਾਡੇ ਜੀਵਨ 'ਚ ਸਬਰ ਸੰਤੋਖ ਹੋਵੇ ਸਾਡੇ ਜੀਵਨ ਵਿੱਚ ਸੱਚਾਈ ਹੋਵੇ ਸਾਡੇ ਜੀਵਨ ਦੇ ਵਿੱਚ ਪਿਆਰ ਹੋਵੇ ਸਾਡੇ ਜੀਵਨ 'ਚ ਸਬਰ ਹੋਵੇ ਤੇ ਅਸੀਂ ਰੋਈਏ ਨਾ ਅਸੀਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਰਹੀਏ ਦਾਤਿਆ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇਰਾ ਹੀ ਹੈ ਸਭ ਕੁਝ ਜਿਹੜਾ ਆਪਾਂ ਖਾ ਰਹੇ ਹਾਂ ਸੋ ਆਓ ਕਿਸੇ ਦਾ ਭਲਾ ਕਰੀਏ ਮਾੜਾ ਨਾ ਕਰੀਏ ਇਹ ਯਾਦ ਰੱਖੀਏ ਕਿ ਮੌਤ ਯਕੀਨੀ ਹੈ ਹਰ ਇਨਸਾਨ ਨੂੰ ਆਉਣੀ ਹੈ ਸਦਾ ਕੋਈ ਨਹੀਂ ਇੱਥੇ ਰਹਿ ਸਕਦਾ ਤੇ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਨੂੰ ਪੱਲੇ ਬੰਨ ਕੇ ਆਪਣੇ ਜੀਵ ਨੂੰ ਸੋਹਣਾ ਬਣਾ ਕੇ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ